ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਸਬਸਕ੍ਰਾਈਬ ਤੇ ਬੈਲ ਆਈਕਨ ਦਬਣਾ ਨਾ ਭੁੱਲਣਾ ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਜਿਹੜੇ ਕੀ ਲੇਟ ਹੋ ਗਏ ਥੋੜੇ ਜਿਹੀ ਵੀਡੀਓ ਤੇ ਲਈ ਬਟ ਫਿਰ ਵੀ ਜਿਹੜੀ ਕੀ ਵੀਡੀਓ ਲੈ ਕੇ ਆਇਆ ਤੁਹਾਡੇ ਲਈ ਇਹ ਜਿਹੜੀ ਵੀਡੀਓ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਗਾਰਡਿੰਗ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਕਰਾਂਗੇ ਜਿਹਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਐਗਜ਼ਾਮੀਨੇਸ਼ਨ ਅਪਡੇਟ ਚੀਜ਼ ਜਿਹੜੀ ਤੋਂ ਢਣਾ ਕਰਨ ਲੱਗੇ ਸ਼ੇਅਰ ਬਹੁਤ ਜਰੂਰੀ ਅਪਡੇਟ ਹੈ ਅ ਅੱਜ ਜਿਹੜੀ ਕਿ ਮੈਂ ਇੱਕ ਵੀਡੀਓ ਪਾਈ ਸੀ ਮੈਨੂੰ ਸਟੂਡੈਂਟਾਂ ਨੇ ਸਪੈਸ਼ਲ ਮੈਸੇਜ ਕਮੈਂਟ ਕਰ ਰਹੇ ਸੀ ਕਿ ਸਟ੍ਰਾਈਕ ਨੂੰ ਲੈ ਕੇ ਵਿਖ ਹੋ ਰਹੀ ਹੈ ਜੁਨੀਵਰਸਿਟੀ ਦੇ ਵਿੱਚ ਜਾਂ ਨਹੀਂ ਪ੍ਰੋਟੈਸਟ ਚੱਲ ਰਿਹਾ ਆ ਆਨਲਾਈਨ ਐਗਜ਼ਾਮੀਨੇਸ਼ਨ ਨੂੰ ਲੈ ਕੇ ਕਿਉਂਕਿ ਬਹੁਤ ਸਾਰੇ ਚਿੰਤਾ ਦੇ ਵਿੱਚ ਰਹੇ ਸੀ ਸਟੂਡੈਂਟ ਬਟ ਜਿਹੜੀ ਕਿ ਅੱਜ ਕਹਿ ਰਹੇ ਸੀਗੇ ਸਟੂਡੈਂਟ ਕਹਿ ਰਹੇ ਸੀ ਵੀ ਅਸੀਂ ਅੱਜ ਪ੍ਰੋਟੈਸਟ ਕਰਨਾ ਬਟ ਉਹ ਨਹੀਂ ਹੋਇਆ ਜਿੰਨੀ ਵੀ ਸਾਨੂੰ ਸੂਤਰਾਂ ਦੇ ਥਰੂ ਜਾਂ ਸਾਨੂੰ ਨਿਊਜ਼ ਮਿਲੀ ਆ ਹੇ ਤੱਕ ਤਾਂ ਕੋਈ ਕਿਸੇ ਵੀ ਸਟੂਡੈਂਟ ਪਾਰਟੀ ਨੇ ਹਾਂਜੀ ਸਟੂਡੈਂਟ ਪਾਰਟੀ ਨੇ ਕੋਈ ਪ੍ਰੋਟੈਸਟ ਨਹੀਂ ਕੀਤਾ ਵੀ ਸਾਡੇ ਐਗਜ਼ਾਮ ਕਿਸ ਤਰ੍ਹਾਂ ਹੋਣ ਇੱਕ ਵੀ ਕਿਸੇ ਵੀ ਪਾਰਟੀ ਨੇ ਇੱਕ ਵੀ ਮੈਂਬਰ ਨਾ ਹੀ ਇੱਕ ਵੀ ਸਟੂਡੈਂਟ ਨੇ ਉੱਥੇ ਆ ਕੇ ਮੰਨ ਲਓ ਕਿ ਪ੍ਰੋਟੈਸਟ ਨਹੀਂ ਕੀਤਾ ਵੀ ਸਾਡੇ ਆਨਲਾਈਨ ਐਗਜ਼ਾਮੀਨੇਸ਼ਨ ਲੈ ਜਾਂ ਜਾਂ ਕੰਡਕਟ ਕੀਤੇ ਜਾਣ ਇਸ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਫਿਰ ਜਾਣਦੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਫਲਾਈਨ ਐਗਜ਼ਾਮ ਹੋ ਰਹੇ ਨੇ ਇਹਦੇ ਮਤਲਬ ਕਿ ਆਫਲਾਈਨ ਐਗਜ਼ਾਮ ਦੇ ਵਿੱਚ ਆਫਲਾਈਨ ਦੇ ਐਗਜ਼ਾਮ ਦੇ ਵਿੱਚ ਦੱਸਣਾ ਚਾਹਣੀ ਆ ਸਾਰਾ ਕੁਝ ਇਹ ਹੈ ਕਿ ਤੁਹਾਨੂੰ ਐਗਜ਼ਾਮਿਨੇਸ਼ਨ ਹਾਲ ਮਿਲੇਗਾ ਜਿੱਥੇ ਤੁਸੀਂ ਐਗਜ਼ਾਮਿਨੇਸ਼ਨ ਹਾਲ ਦੇ ਵਿੱਚ ਐਗਜ਼ਾਮਿਨੇਸ਼ਨ ਕੰਡਕਟ ਕਰਨ ਲਈ ਐਗਜ਼ਾਮੀਨਰ ਹੋਣਗੇ ਪ੍ਰੋਪਰ ਸਾਰੀ ਵੇਦ ਨਾਲ ਹੋਵੇਗਾ ਦੇਖੋ ਪ੍ਰੋਟੈਸਟ ਦੀ ਗੱਲ ਸੀ ਜਿਹੜੇ ਦਾ ਪ੍ਰੋਟੈਸਟ ਕਰ ਰਹੇ ਸੀ ਸਟੂਡੈਂਟ ਹੋਣਾ ਬਟ ਉਹ ਤਾਂ ਮੈਂ ਹੁਣ ਤੋਂ ਫਿਰ ਦੱਸ ਰਿਹਾ ਵੀ ਨਹੀਂ ਹੋਇਆ ਇਹਦਾ ਮਤਲਬ ਕੀ ਆ ਵੀ ਸਟੂਡੈਂਟ ਨਹੀਂ ਚਾ ਰਹੇ ਦੇਖੋ ਜੀ ਕਮੈਂਟ ਕਰਨ ਦਾ ਕੋਈ ਮਤਲਬ ਨਹੀਂ ਹੈ ਕਮੈਂਟ ਕਰਦੇ ਵੀ ਵੀ ਵਾਂਟ ਟੂ ਆਨਲਾਈਨ ਐਗਜ਼ਾਮੀਨੇਸ਼ਨ ਨਹੀਂ ਮੇਰੇ ਕੋਲ ਲਗਾਤਾਰ ਕਮੈਂਟ ਆ ਰਹੇ ਨੇ ਮੈਂ ਅਲੱਗ ਤੋਂ ਵੀ ਇੱਕ ਡਿਫਰੈਂਟ ਜਿਹੜੀ ਕਿ ਅਲੱਗ ਅਲੱਗ ਵੀਡੀਓ ਬਣਾਦਾਵਾਂਗਾ ਵੀ ਕਿਹਨੀ ਕਿਹਨੀ ਕਮੈਂਟ ਕੀ ਕੀਤਾ ਜਾਂ ਸਾਡੇ ਐਗਜ਼ਾਮੀਨੇਸ਼ਨ ਕਿਸ ਤਰ੍ਹਾਂ ਕੰਡਕਟ ਕੀਤੇ ਜਾਂ ਹਾਂਜੀ ਸਟੂਡੈਂਟਾਂ ਦਾ ਸਟੂਡੈਂਟਾਂ ਦਾ ਕਹਿਣਾ ਇਹ ਹੈ ਕਿ ਸਾਡੀ ਐਗਜ਼ਾਮੀਨੇਸ਼ਨ ਜਿਹੜੀ ਕਿ ਆਨਲਾਈਨ ਕੰਡਕਟ ਕਰੋ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸਾਡੇ ਐਗਜ਼ਾਮ ਆਨਲਾਈਨ ਕੰਡਕਟ ਕਰੋ ਬਟ ਜੇਕਰ ਪ੍ਰੋਟੈਸਟ ਦੀ ਗੱਲ ਕਰੀਏ ਬਹੁਤ ਸਾਰੇ ਸਟੂਡੈਂਟ ਕਹਿ ਰਹੇ ਸੀ ਪ੍ਰੋਟੈਸਟ ਚੱਲੇਗਾ ਜਾਂ ਕਰਣਗੇ ਇਸ ਕਰਕੇ ਫਿਲਹਾਲ ਦੀ ਟਾਈਮ ਕੋਈ ਵੀ ਪ੍ਰੋਟੈਸਟ ਨਹੀਂ ਚੱਲ ਰਿਹਾ ਇਸ ਕਰਕੇ ਮੈਂ ਤੁਹਾਨੂੰ ਨਹੀਂ ਡਿਟੇਲ ਦੱਸ ਸਕਦਾ ਵੀ ਐਗਜ਼ਾਮ ਆਫਲਾਈਨ ਹੋ ਜਾਣਗੇ ਜਾਂ ਆਨਲਾਈਨ ਬਹੁਤ ਸਾਰੇ ਸਟੂਡੈਂਟਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਦੇਖੋ ਜੀ ਆਫਲਾਈਨ ਐਗਜ਼ਾਮ ਦੀ ਤਾਂ ਨੋਟੀਫਿਕੇਸ਼ਨ ਆ ਚੁੱਕੀ ਹੈ ਪ੍ਰੋਪਰਲੀ ਉਸ ਤੋਂ ਤੇ ਡੀਰੀ ਡੇਟਸ਼ੀਟ ਆ ਚੁੱਕੀ ਹੈ ਬੀਟੈਕ ਐਮਟੈਕ ਡੇਟ ਸ਼ੀਟ ਦੀ ਗੱਲ ਕਰੀਏ ਕਿਸ ਡਿਪਾਰਟਮੈਂਟ ਦੀ ਬੀ ਟੈਕ ਐਂਡ ਐਮ ਟੈਕ ਐਮ ਟੈਕ ਦੀ ਉਹਨਾਂ ਦੇ ਐਗਜ਼ਾਮ ਆਫਲਾਈਨ ਹੋ ਰਹੇ ਨੇ ਫਿਰ ਤੁਸੀਂ ਆਪਣੇ ਆਪ ਦੇਖ ਲਓ ਬਾਕੀ ਜੇਕਰ ਯੂਨੀਵਰਸਿਟੀ ਇੱਕ ਡਿਪਾਰਟਮੈਂਟ ਦੇ ਆਫਲਾਈਨ ਐਗਜ਼ਾਮ ਕੰਡਕਟ ਕਰ ਰਹੀ ਹੈ ਤੇ ਬਾਕੀ ਬਾਕੀ ਸਾਰਿਆਂ ਦਾ ਵੀ ਆਫਲਾਈਨ ਐਗਜ਼ਾਮ ਕੰਡਕਟ ਕਰੇਗੀ ਤਾਂ ਤੁਸੀਂ ਵੀ ਜਿਹੜੇ ਵੀ ਅਦਰ ਕੋਰਸ ਹੈ ਚਾਹੇ ਉਹ ਪੰਜਾਬੀ ਯੂਨੀਵਰਸਿਟੀ ਕੈਂਪਸ ਹੋਵੇ ਜਾਂ ਫਿਰ ਉਹ ਕਾਲਜ ਹੋਵੇ ਤੁਹ ਆਪਣੇ ਆਪ ਨੂੰ ਪ੍ਰੇਪੇਅਰ ਕਰ ਲੈਣ ਕਿਉਂਕਿ ਐਗਜ਼ਾਮੀਨੇਸ਼ਨ ਕਿਸ ਤਰ੍ਹਾਂ ਹੋ ਲੈਣੇ ਆਫਲਾਈਨ ਤਾਂ ਹੁਣ ਬਹੁਤ ਸਾਰੀ ਚਿੰਤਾ ਦੇ ਵਿੱਚ ਸੀ ਸਟੂਡੈਂਟ ਪ੍ਰੋਟੈਸਟ ਨੂੰ ਲੈ ਕੇ ਉਹ ਤੁਸੀਂ ਆਪਣੇ ਮਾਈਂਡ ਦੇ ਵਿੱਚੋਂ ਗੱਲ ਕੱਢ ਦਿਓ ਫਿਲਹਾਲ ਤਾਂ ਕੋਈ ਪ੍ਰੋਟੈਸਟ ਨਹੀਂ ਚੱਲਿਆ ਜੇਕਰ ਗੱਲ ਹੋਈ ਮੰਡੇ ਨੂੰ ਮੰਡੇ ਨੂੰ ਕੋਈ ਪ੍ਰੋਟੈਸਟ ਹੋਇਆ ਤਾਂ ਉਹ ਤੁਹਾਨੂੰ ਅਪਡੇਟ ਕੀਤਾ ਜਾਵੇਗਾ ਜੇਕਰ ਕੋਈ ਵੀ ਸਾਨੂੰ ਵੀਡੀਓ ਮਿਲੀ ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਮੰਡੇ ਤੱਕ ਤਾਂ ਹਜੇ ਕੋਈ ਵੀ ਤੁਹਾਡੇ ਨਾਲ ਅਪਡੇਟ ਸ਼ੇਅਰ ਨਹੀਂ ਕਰ ਸਕਦੇ ਕਿਉਂਕਿ ਮੰਡੇ ਤੋਂ ਪਹਿਲਾਂ ਕੱਲ ਜਿਹੜਾ ਕਿ ਸੰਡੇ ਹੈ ਸੰਡੇ ਨੂੰ ਕੋਈ ਵੀ ਪ੍ਰੋਟੈਸਟ ਨਹੀਂ ਹੋ ਸਕਦਾ ਮੰਡੇ ਨੂੰ ਹੋਵੇ ਤਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਲਹਾਲ ਕੋਈ ਵੀ ਪ੍ਰੋਟੈਸਟ ਸਟੂਡੈਂਟ ਪਾਰਟੀ ਵੱਲੋਂ ਨਹੀਂ ਲਿਆ ਗਿਆ ਤਾਂ ਕੀਤਾ ਗਿਆ ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ ਸਾਡੇ ਨਾਲ ਕਰ ਸਕਦੇ ਹੋ ਜੀਵੀ ਸਟੇਸ਼ਨ ਜੋ ਸਾਡਾ ਇੰਸਟਾਗ੍ਰਾਮ ਅਕਾਊਂਟ ਹੈ ਉਸ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜਾਂ ਫਿਰ ਇਸ YouTube ਵੀਡੀਓ ਜੋ YouTube ਵੀਡੀਓ ਸਾਡੀ ਉਸ ਤੇ ਤੁਸੀਂ ਕੀ ਕਰ ਸਕਦੇ ਹੋ ਆਪਣਾ ਜੋ ਵੀ ਕਮੈਂਟ ਹੋਇਆ ਐ ਐਗਜ਼ਾਮੀਨੇਸ਼ਨ ਨੂੰ ਲੈ ਕੇ ਜਾਂ ਫਿਰ ਕੋਈ ਵੀ رائے ਦੇਣੀ ਹੋਵੇ ਤੁਸੀਂ ਸਾਨੂੰ ਦੇ ਸਕਦੇ ਹੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ